ਨਾਨਾ ਨਾਨੀ ਕੋਲ ਜਨਮ ਦਿਨ ਮਨਾਉਣ ਗਿਆ ਮਾਸੂਮ, ਨਹੀਂ ਪਰਤਿਆ ਘਰ ਵਾਪਸ। ਤਾਂ ਦੱਸ ਦਈਏ ਕਿ ਟਰੱਕ ਨੇ ਪਿੱਛੋਂ ਆ ਕੇ ਟੱਕਰ ਮਾਰੀ, ਜਿਸ ਕਰਕੇ ਟਰੱਕ ਦੇ ਟਾਇਰ ਹੇਠਾਂ ਮਾਸੂਮ ਆ ਗਿਆ। 5 ਸਾਲਾਂ ਦਾ ਸੀ ਹਾਲੇ ਮਾਸੂਮ, ਅੱਜ ਉਸਦਾ ਜਨਮ ਦਿਨ ਸੀ। ਆਪਣੇ ਨਾਨਾ ਨਾਨੀ ਦੇ ਕੋਲ ਜਨਮ ਦਿਨ ਮਨਾਉਣ ਗਿਆ ਸੀ, ਨਾਨਕੇ ਘਰ ਜਨਮ ਦਿਨ ਮਨਾਉਣ ਗਿਆ ਸੀ, ਪਰ ਰਾਹ ਦੇ ਵਿੱਚ ਉਸਦਾ ਐਕਸੀਡੈਂਟ ਹੋ ਗਿਆ। ਤਾਂ ਫਰੀਦਕੋਟ ਦੇ ਭੋਲੂ ਵਾਲਾ ਰੋਡ ਦੇ ਉੱਤੇ ਟਰੱਕ ਦੀ ਚਪੇਟ 'ਚ ਇਹ 5 ਸਾਲਾ ਮਾਸੂਮ ਆਇਆ ਏ। ਤਾਂ ਬੇਹੱਦ ਮੰਦਭਾਗੀ ਖਬਰ ਹੈ, ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ, ਕਿਉਂਕਿ ਜਿਸ ਦਿਨ ਬੱਚੇ ਨੇ ਜਨਮ ਲਿਆ, ਜਿਸ ਦਿਨ 5 ਸਾਲ ਬਾਅਦ ਉਸਦੀ ਉਸੇ ਦਿਨ ਹੀ ਮੌਤ ਹੋ ਗਈ। ਪਿਛਲੇ ਟਾਇਰ ਥੱਲੇ ਟਰੱਕ ਦੇ ਆ ਕੇ ਉਸਦੀ ਜਾਨ ਚਲੀ ਗਈ ਹੈ। ਤਾਂ ਦੱਸ ਦਈਏ ਕਿ ਘਟਨਾ ਕਰਨ ਤੋਂ ਬਾਅਦ, ਐਕਸੀਡੈਂਟ ਕਰਨ ਤੋਂ ਬਾਅਦ ਜਿਹੜਾ ਟਰੱਕ ਦਾ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਘਰ ਵਾਲਿਆਂ ਨੇ ਇਹ ਵੀ ਦੱਸਿਆ ਹੈ ਕਿ ਬੱਚੇ ਦਾ ਅੱਜ 5ਵਾਂ ਜਨਮ ਦਿਨ ਸੀ ਅਤੇ ਉਹ ਆਪਣੇ ਨਾਨਕੇ ਰਹਿ ਰਿਹਾ ਸੀ। ਜਨਮ ਦਿਨ ਮਨਾਉਣ ਦੇ ਲਈ ਆਪਣੀ ਨਾਨਾ ਨਾਨੀ ਅਤੇ ਮਾਤਾ ਪਿਤਾ ਦੇ ਘਰ ਨਾਲ ਆਇਆ ਹੋਇਆ ਸੀ ਤੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਿਸ ਮੌਕੇ ਤੇ ਪਹੁੰਚੀ ਹੈ, ਕਾਫੀ ਰਸ਼ ਲੱਗਿਆ ਹੈ, ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਟਰੱਕ ਵਾਲਾ ਫਰਾਰ ਹੈ, ਅਕਸਰ ਹੀ ਦੇਖਦੇ ਹੋ ਤੁਸੀਂ ਟਰੱਕ ਵਾਲੇ ਐਕਸੀਡੈਂਟ ਕਰਕੇ ਫਰਾਰ ਹੋ ਜਾਂਦੇ ਨੇ, ਇਸ ਪਿੱਛੇ ਕੀ ਕਾਰਨ ਹੈ? ਜੇ ਤੁਹਾਨੂੰ ਪਤਾ ਹੈ ਭੱਜਣ ਪਿੱਛੇ ਕੀ ਕਾਰਨ ਹੋਵੇਗਾ, ਕੀ ਉਹਨਾਂ ਨੂੰ ਡਰ ਹੁੰਦਾ ਹੈ, ਕੀ ਉਹ ਆਪਣੀ ਗਲਤੀ ਲੁਕਾਉਣਾ ਚਾਹੁੰਦੇ ਨੇ, ਕੀ ਉਹ ਪੁਲਿਸ ਤੋਂ ਡਰਦੇ ਭੱਜਦੇ ਨੇ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਪਰ ਇੱਕ ਪਰਿਵਾਰ ਨੂੰ ਬੇਹੱਦ ਵੱਡਾ ਘਾਟਾ ਪੈ ਗਿਆ ਹੈ, ਜਨਮ ਦਿਨ ਵਾਲੇ ਦਿਨ ਹੀ 5 ਸਾਲਾਂ ਦੇ ਬੱਚੇ ਦੀ ਮੌਤ ਹੋ ਗਈ। ਵੱਡੇ ਭਾਈ ਡਰਾਈਵਰ ਦੀ ਗਲਤੀ ਆ, ਟਰੱਕ ਚਲਾ ਰਹੇ ਸੀ, ਸਪੈਸ਼ਲ ਇੱਥੇ ਲੱਗੀ ਹੋਈ ਆ ਜੀ, ਜਵਾਕ ਆਪਦੀ ਨਾਨੀ ਨਾਲ ਜੀ, ਜਵਾਕ ਆਪਦੀ ਨਾਨੀ ਨਾਲ ਮੰਮੀ ਨਾਲ ਕੁਛ ਲੈਣ ਚੱਲਿਆ ਸੀਗਾ ਇੱਥੋਂ ਜੀ, ਟਰੱਕ ਵਾਲਾ ਤੇਜ਼ ਸਪੀਡ 'ਚ ਲੈ ਕੇ ਆਇਆ ਜਵਾਕ ਨੂੰ, ਆ ਤੁਹਾਡੇ ਸਾਹਮਣੇ ਆ ਜੀ, ਮਿੱਥਿਆ ਪਿਆ ਜਵਾਕ ਜੀ, ਜਵਾਕ ਦਾ ਅੱਜ ਵਿਚਾਰੇ ਦਾ ਜਨਮ ਦਿਨ ਵੀ ਸੀਗਾ ਜੀ, ਜਿਹੜਾ ਕਿ ਮੰਨ ਗਿਆ ਵਿਚਾਰੇ ਦਾ ਜਨਮ ਦਿਨ ਹੀ। ਬਾਕੀ ਰਹਿੰਦੀ ਗੱਲ ਤੁਸੀਂ ਆਪ ਵੇਖੋ ਜੀ, ਕੈਮਰੇ ਦੇ ਵਿੱਚ ਲਿਆਓ ਜਿਹੜੀ ਗੱਲ ਹੈਗੀ ਆ ਜੀ, ਇਨਸਾਫ਼ ਦਿੱਤਾ ਜਾਵੇ ਜਿਹੜਾ ਹੋ ਸਕਦਾ, ਇੰਨਾ ਸਾਡਾ ਇਨਸਾਫ਼ ਬਣਨਾ ਚਾਹੀਦਾ ਜੀ। ਬਾਕੀ ਜਿੱਥੋਂ ਤੱਕ ਦੇਖਿਆ ਜਾਵੇ, ਬਾਕੀ ਬੱਚਿਆਂ ਵਾਸਤੇ ਕਹਿੰਦੇ ਆ ਜੀ, ਇਹ ਸਪੈਸ਼ਲ ਵੀ ਇੱਥੋਂ ਬੰਦ ਕਰਾਈ ਜਾਵੇ, ਜਾਂ ਫਿਰ ਕੋਈ ਨਸ਼ੇੜੀਆ ਪਤੇੜੀਆ ਟਰੱਕ ਨਾ ਚਲਾਵੇ ਜੀ, ਸਮਝਦਾਰ ਕੋਈ ਚਲਾਵੇ ਜੀ, ਜਿਹੜੀ ਗੱਲ ਕਹਿਣ ਵਾਲੀ ਹੈਗੀ ਜੀ। ਆ ਗੱਡੀ ਦੇ ਥੱਲੇ ਆ ਗਿਆ ਜੀ, ਗੱਡੀ ਅਨਮੋਲ ਜੀ, ਹਾਂਜੀ ਪਹਿਲੀ ਜੀ, ਇਹ ਸਪੈਸ਼ਲ ਲੱਗੀ ਹੋਈ ਸੀ ਜੀ ਟਰੱਕਾਂ ਦੀ, ਵੇਖਦੇ ਹੋ ਤੁਸੀਂ ਪਲੇਟੀ ਹੈਗੀ ਰੇਲਵੇ ਦੀਆਂ ਲਾਈਨਾਂ ਨਾਲ, ਬੱਚਾ ਸੀ 5 ਸਾਲ ਦਾ ਅਨਮੋਲ, ਇਹਦਾ ਨਾਂ ਸੀ, ਇਹਦਾ ਅੱਜ ਦਾ ਹੀ ਜਨਮ ਦਿਨ ਸੀ, ਰਾਜਸਥਾਨ ਤੋਂ ਛੁੱਟੀਆਂ ਕੱਟਣ ਆਇਆ ਸੀ ਜੀ, ਇਹ ਟਰੱਕ ਦੇ ਪਿਛਲੇ ਟਾਇਰ ਹੀ ਠਾ ਗਏ, ਇਹਨਾਂ ਡੈਥ ਹੋ ਗਈ। ਉਹ ਲਾਪਰਵਾਹੀ ਦਾ ਜਿਹੜਾ ਕੇਸ ਦਰਜ ਕਰਕੇ ਜੀ, ਇਹਦੇ ਟਰੱਕ ਤੇ ਜੀ 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 ਮੌਕੇ ਤੋਂ ਫਰਾਰ ਟਰੱਕ ਹੈਗਾ ਜੀ ਇੱਥੇ।